अस्सलाम वालेकुम तमाम दोस्तों वास्ते एक बहुत ही जरूरी ते इनफॉरमेशन वाली वीडियो कि तुसी कई बारी सोचते हो कि ऐसी केड़ा काम करिए जेड़ा सी घर बैठे आराम दे नाल काम कर सकते हैं। तो सब तो जेड़ा बेस्ट काम है वो एलईडी बल्ब वाला काम है जेड़ा घर दे विच बच्चा भी कर सकदा खावातीन भी कर सकदी तुसी आ भी कर सकदे हो। कोई उहदे वास्ते तुहानू स्किल नहीं चाहिए कोई डिग्री वगैरह नहीं चाहिए तुसी आराम दे नाल जेड़ा ना एक बिजनेस कर सकदे हो। असीं पहले भी तुहानू वीडियो बना के दिखाई सी यानी कि जदों असीं पहली तो दूसरी वाली समान मंगाया सी उहदी वीडियो बनाई सी लेकिन असीं पैरका फिर समान मंगाया लेकिन जिहदी वीडियो तुहाडे सामने बना रहे हैं यानी कि तुहाडे सामने उहदी अनबॉक्सिंग करांगे तुहाडे सामने सारा तुहानू खोल के दिखावांगे असीं की की मंगाया वा ते उहनां ने की की भेजा वा। ये वीडियो बनाउण दा एक मकसद इह वी हुंदा वा कि जिहड़ी कंपनी तुहानू समान भेजदी आ तुसीं अपना समान जदों भी खोलणा वा उहदी वीडियो लाजमी बनाया करो ताकि कल नूं कोई मसला आंदा वा कोई चीज़ घट आंदी आ वध आंदी आ खराब आंदी आ तुसीं उह वीडियो दिखा के उह कंपनी कोलों चीज़ रिप्लेस करवा सकदे हो। तो इंशाल्लाह ताला अज्ज दी वीडियो च तुहानूं टोटल समान दिखाया जाएगा कि असीं की मंगाया वा किदां मंगाया वा तो सारी इनफॉर्मेशन तुहानूं दिखाउंदे आ। तो पढ़दे हां बिस्मिल्लाह करदे हां शुरू ओपन करदे हां तुहानूं ओपन करके दिखाउंदे हां असीं इहदा फीचर वगैरह ओपन करना है। ਲਾਹੌਰੋਂ ਪੈਕਿੰਗ ਹੋ ਗਿਆ ਯਾਰ ਪੈਕਿੰਗ ਤੁਸੀਂ ਦੇਖ ਸਕਦੇ ਹੋ ਕਿ ਕਿੱਡੀ ਮਜ਼ਬੂਤ ਪੈਕਿੰਗ ਆ ਕਿ ਬਹੁਤ ਅੱਛੇ ਤਰੀਕੇ ਨਾਲ ਪੈਕਿੰਗ ਕਰਕੇ ਭੇਜਦੇ ਆ ਕਿ ਤੁਹਾਡਾ ਸਮਾਨ ਜਿਹੜਾ ਵਾ ਕੋਈ ਕੱਢ ਨਹੀਂ ਸਕਦਾ ਖਰਾਬ ਨਹੀਂ ਹੋ ਸਕਦਾ ਬਾਕੀ ਤੁਹਾਡੇ ਕਿਸਮਤ ਵਾਲੀ ਬਾਕੀ ਤੁਹਾਨੂੰ ਵੀ ਖੋਲ ਕੇ ਦਿਖਾਉਂਦੇ ਹਾਂ। ਵੱਡੇ ਪਹਿਲਾਂ ਵਾ ਉਹਨਾਂ ਦੀਆਂ ਵੀ ਅਸੀਂ ਬਾਡੀਆਂ ਜਿਹੜੀਆਂ ਮੰਗਾਈਆਂ ਹੋਈਆਂ ਯਾਨੀ ਕਿ ਸਮਾਨ ਅਸੀਂ ਹਰ ਕਿਸਮ ਦਾ ਜਿੰਨੇ ਵੀ ਐਲਈਡੀ ਬੱਲਬ ਚੱਲਦੇ ਆ 18 ਵਾਟ ਦਾ 12 ਵਾਟ ਦਾ 0 ਵਾਟ ਦਾ ਅਸੀਂ ਇੱਥੇ ਤੁਹਾਨੂੰ ਕੋਸ਼ਿਸ਼ ਕਰਾਂਗੇ ਸਾਰੇ ਰਿਕਵਰ ਕਰਕੇ ਦਿਖਾਈਏ। ਅੱਛਾ ਜੀ ਹੁਣ ਦੂਸਰੀ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਚੀਜ਼ ਦਿਖਾਉਂਦੇ ਹਾਂ ਆਹ ਦੇਖੋ ਜਿਹੜੀ ਖੇਤਰ ਬੱਲਬ ਦੇ ਵਿੱਚ ਲਗਾਈ ਦੀ ਆ ਉਹ ਇਹਦੀ ਪੈਕਿੰਗ ਤੁਸੀਂ ਦੇਖ ਸਕਦੇ ਹੋ ਕਿਸੇ ਤਰੀਕੇ ਦਾ ਕੋਈ ਡੈਮੇਜ ਹੋਣ ਦਾ ਇਹਦਾ ਖਤਰਾ ਨਹੀਂ ਗਾ ਇਹਦੀ ਫੁੱਲ ਅੱਛੇ ਵਾਲੀ ਪੈਕਿੰਗ ਆ ਨਾ ਪਾਣੀ ਦਾ ਖਤਰਾ ਪਵੇ ਨਾ ਡੈਮੇਜ ਹੋਵੇ ਅੱਛੇ ਤਰੀਕੇ ਨਾਲ ਪੈਕ ਕਰਕੇ ਭੇਜੀ ਆਹ ਇੱਕ ਬੰਡਲ ਆ ਦੋ ਬੰਡਲ ਆਹ ਅਸੀਂ 18 ਵਾਟ ਦੀ ਜਿਹੜੀ ਕਿੱਟ ਆ ਆਹ ਉਹ ਵੀ ਮੰਗਵਾਈ ਹੋਈ ਹੈ ਉਸ ਤੋਂ ਇਲਾਵਾ ਆਹ ਸਾਡੇ ਉਹ ਪਿੰਨ ਚੂੜੀ ਪਿੰਨ ਵਾਲਾ ਬਲਬ ਅਤੇ ਚੂੜੀ ਵਾਲਾ ਬਲਬ ਆ ਉਸ ਬਾਅਦ ਆਹ ਦੇਖੋ ਜੀ ਆਹ ਤਾਰ ਦੇਖੋ ਆਹ ਡਿਸਟੈਂਸ ਵਾਲੀ ਤਾਰ ਆ ਜਿਹਨੂੰ ਅਸੀਂ ਫਿਊਜ਼ ਵਾਲੀ ਤਾਰ ਕਹਿੰਦੇ ਹਾਂ ਆ ਉਹ ਤਾਰ ਆ ਜੀ ਕਿਤੇ ਤੁਹਾਡਾ ਬਲਬ ਆ ਤੁਹਾਡੇ ਘਰ ਬਿਜਲੀ ਘੱਟ ਵੱਧ ਹੁੰਦੀ ਆ ਝਟਕਾ ਲੱਗਦਾ ਵਾ ਲੇਕਿਨ ਫਿਰ ਵੀ ਤੁਹਾਡਾ ਬਲਬ ਇੱਡੀ ਜਲਦੀ ਸੜਨ ਨਹੀਂ ਲੱਗਾ ਆ ਕਪੈਸਟਰ ਅਜ਼ਾਫੀ ਕਪੈਸਟਰ ਲੱਗਦਾ ਕਿੱਟ ਨੂੰ ਜਿਹਦੀ ਵਜ੍ਹਾ ਤੋਂ ਤੁਹਾਡੀ ਕਿੱਟ ਦੀ ਯਾਨੀ ਕਿ ਵਾਰੰਟੀ ਹੋਰ ਵੱਧ ਜਾਂਦੀ ਆ ਬਿਜਲੀ ਦੇ ਝਟਕੇ ਤੋਂ ਘਾਟੇ ਵੱਧਦੇ ਤੋਂ ਇਹ ਜਿਹੜਾ ਕਪੈਸਟਰ ਆ ਇਹ ਤੁਹਾਡਾ ਬਲਬ ਬਚਾਉਂਦਾ ਵਾ ਆ ਦੇਖੋ ਜੀ ਆ ਮਸ਼ੀਨ ਦਾ ਸਮਾਨ ਆ ਯਾਨੀ ਕਿ ਜਿਹੜੀ ਪ੍ਰੈਸ ਮਸ਼ੀਨ ਆ ਆਪਦਾ ਸਮਾਨ ਆ ਆਹ 2.5 ਆ 12 ਵਾਟ ਦੀ ਕਿ 18 ਵਾਟ ਦੀ ਆ ਇੱਕ ਆ ਕਟਰ ਮੰਗਾਇਆ ਨਹੀਂ ਤੁਹਾਨੂੰ ਜਿਹਨਾਂ ਨੂੰ ਹੁੰਦੇ ਔਰ ਆਹ ਫਿਊਜ਼ ਵਾਲੀ ਤਾਰ ਹੈ ਜਿਹੜੀ ਤੁਹਾਨੂੰ ਪਹਿਲੇ ਵੀ ਦਿਖਾਈ ਹੈ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਆਈ ਹੈ ਲੇਕਿਨ ਆਹ ਜਿਹੜੀ ਤਾਰ ਆ ਇਹ ਦੂਸਰੀ ਸਾਈਡ ਤੇ ਇੱਕ ਸਾਈਡ ਤੇ ਫਿਊਜ਼ ਵਾਲੀ ਤਾਰ ਲੱਗਣੀ ਆ ਦੂਸਰੀ ਸਾਈਡ ਤੇ ਆ ਨਾਰਮਲ ਤਾਰ ਲੱਗੇਗੀ ਯਾਨੀ ਕਿ ਆ ਇੱਕ ਸਾਈਡ ਤੇ ਫਿਊਜ਼ ਵਾਲੀ ਤਾਰ ਦੂਜੀ ਸਾਈਡ ਤੇ ਨਾਰਮਲ ਤਾਰ ਲੱਗੇਗੀ ਆਹ ਦੇਖੋ ਜੀ ਆਹ 0 ਵਾਟ ਦਾ ਬਲਬ ਇਹ ਵੀ ਸਾਡੇ ਕੋਲ ਆਇਆ ਵਾ ਇਹ ਤਿਆਰ ਸ਼ੁਦਾ ਮੰਗਾਇਆ ਵਾ ਇਹ ਅਸੀਂ ਆਪ ਨਹੀਂ ਤਿਆਰ ਕਰ ਰਹੇ ਫਿਲਹਾਲ ਇਹ ਅਸੀਂ ਤਿਆਰ ਮੰਗਾਇਆ ਇਹਦੇ ਵਿੱਚ ਦੇਖਦੇ ਹਾਂ ਕੀ ਚਾਹੀਏ ਆ ਇਹਦੇ ਵਿੱਚ ਐਲਈਡੀ ਲੱਗੀ ਹੋਈ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਇਹਦੇ 'ਚ ਤੁਹਾਨੂੰ ਪਿੰਨ ਵਾਲਾ ਚੂੜੀ ਵਾਲਾ ਤਾਰਾ ਮਿਲ ਜਾਏਗਾ ਆਹ ਮਸ਼ੀਨਰੀ ਵਗੈਰਾ ਆਈ ਆ ਆਹ ਅਸੀਂ ਤੁਹਾਨੂੰ ਖੋਲ ਕੇ ਖੁੱਲ੍ਹ ਦਿਖਾ ਦਿੰਦੇ ਹਾਂ ਜਿੱਦਾਂ ਦੀ ਵੀ ਤੁਹਾਨੂੰ ਜਾਂ ਕੀ ਚੀਜ਼ ਆ ਅਸੀਂ ਤੁਹਾਡੇ ਸਾਹਮਣੇ ਬਣਾ ਕੇ ਦਿਖਾ ਦਿੰਦੇ ਹਾਂ ਆਹ ਮਸ਼ੀਨ ਜਿਹੜੀ ਦੇਖੋ ਜੀ ਫਾਲ ਦੇ ਵਿੱਚ ਆਈ ਆ ਅਤੇ ਇਹ ਇਨਸ਼ਾਅੱਲਾ ਤਾਲਾ ਉਹਨਾਂ ਨਾਲ ਰਾਬਤਾ ਕਰਦੇ ਹਾਂ ਕਿ ਕਾਹਤੋਂ ਆਈ ਹੈ ਜਾਂ ਕਿੱਦਾਂ ਆਈ ਹੈ ਇਹ ਗੱਲ ਕਰਕੇ ਫਿਰ ਤੁਹਾਨੂੰ ਬਾਅਦ 'ਚ ਦੱਸਦੇ ਹਾਂ।
सामने यहाँ देखो फॉल्ट आया हुआ और टूटी हुई मशीन आई है। चलो उन्होंने भाइयों ने एक बार रबता करा कि वो कदों आई है टूटी, क्योंकि अभी हो सकता गलती ना आई हो। इसलिए भाई का नाम या उन्होंने कंपनी का नाम नहीं लेना चाहते। इंशाल्लाह ताला वो साढ़े ना पहले भी कोऑपरेट करते हैं, आना दिखावे कि क्यों फाड़ आया और दिखा के रिप्लेस करवाऊंगा। इस तो अलावा इस कार्टन के अपने को 18 वाट की वरायटी पई है, 0 वाट, 18 वाट, 12 वाट, यानी कि तीन है साढ़े को जो मटीरियल पे हुए। अच्छा जी अगे खोलिया एक कार्टन ताे सामने, उस कार्टन से जो जो कुछ थी सारा कुछ तुम दिखा दिता, यानी कि उस 0 वाट, 12 वाट, 18 वाट सारे बल्ब आ। हम तुम दूजा कार्टन दिखाने भी ये की आया वा, ये जी आंडे आए आ, मतलब उपर वाले कैप है ना जो बल्बा के, जो उन्होंने पूरे नहीं आए वो ये कैप उन्होंने भेजे हुए। लेकिन सानू किसी भी चीज का दुख नहीं गा, लेकिन आ जी मशीन तुम देख लिया इस चीज का सानू बहुत दुख है जी। अभी प्यार मुहब्बत ने मंगाई है, इस चीज टूटी हुई है जी।